ਪੰਜਾਬ ਪੁਲਿਸ ਦੇ ਵੱਲੋਂ ਇੱਕ ਇੰਸਪੈਕਟਰ ਦੀ ਗੱਡੀ ਨੂੰ ਜ਼ਬਤ ਕਰਨ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇੱਕ ਇੰਸਪੈਕਟਰ ਦੇ ਭਤੀਜੇ ਦੇ ਵੱਲੋਂ ਇਹ ਕਾਰ ਚਲਾਈ ਜਾ ਰਹੀ ਸੀ ਅਤੇ ਉਸਦੇ ਵੱਲੋਂ ਲਗਾਤਾਰ ਹੋਰਨ ਵਜਾਏ ਜਾ ਰਹੇ ਸੀ, ਜਿਸ ਦੇ ਕਾਰਨ ਉਸਦਾ ਕਿਸੇ ਹੋਰ ਕਾਰ ਚਾਲਕ ਦੇ ਨਾਲ ਪੰਗਾ ਪੈ ਗਿਆ, ਜਿਸ ਤੋਂ ਬਾਅਦ ਉਸ ਕਾਰ ਚਾਲਕ ਦੇ ਵੱਲੋਂ ਜਦੋਂ ਪੁਲਿਸ ਨੂੰ ਇਸ ਗੱਡੀ ਦੇ ਸੰਬੰਧੀ ਸੂਚਨਾ ਦਿੱਤੀ ਗਈ ਤਾਂ ਪੁਲਿਸ ਨੇ ਮੌਕੇ ਦੇ ਉੱਤੇ ਜਾ ਕੇ ਜਦੋਂ ਕਾਰਵਾਈ ਕੀਤੀ ਤਾਂ ਉਸਦੇ ਵਿੱਚ ਸਾਰਾ ਮਾਮਲਾ ਸਾਫ਼ ਹੋ ਗਿਆ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਇਹ ਗੱਡੀ ਇੱਕ ਹਰਿਆਣਾ ਦੇ ਪੁਲਿਸ ਇੰਸਪੈਕਟਰ ਦੀ ਸੀ, ਜਿਸ ਨੂੰ ਕਿ ਉਸਦਾ ਭਤੀਜਾ ਚਲਾ ਰਿਹਾ ਸੀ ਅਤੇ ਉਸਦੇ ਨਾਲ ਦੋ ਔਰਤਾਂ ਵੀ ਸ਼ਾਮਿਲ ਸੀ। ਜਦੋਂ ਉਸਦੇ ਵੱਲੋਂ ਲਗਾਤਾਰ ਹੋਰਨ ਵਜਾਏ ਗਏ ਤਾਂ ਇੱਕ ਕਾਰ ਚਾਲਕ ਦੇ ਨਾਲ ਉਸਦਾ ਪੰਗਾ ਪੈ ਗਿਆ ਅਤੇ ਉਸਨੇ ਪੁਲਿਸ ਨੂੰ ਜਦੋਂ ਸੂਚਨਾ ਦਿੱਤੀ ਤਾਂ ਮੌਕੇ 'ਤੇ ਪੁਲਿਸ ਪਹੁੰਚੀ ਤਾਂ ਉਸ ਗੱਡੀ ਦੇ ਕਾਗਜ਼ਾਤ ਵੀ ਚੈੱਕ ਕੀਤੇ ਗਏ। ਹਾਲਾਂਕਿ ਪਹਿਲਾਂ ਤਾਂ ਜੋ ਗੱਡੀ ਨੂੰ ਇਸਨੂੰ ਚਲਾ ਰਿਹਾ ਸੀ ਉਸਦੇ ਵੱਲੋਂ ਕਿਹਾ ਗਿਆ ਕਿ ਉਸਦੇ ਜੋ ਕਾਗਜ਼ਾਤ ਨੇ ਉਹ ਡੀਜ਼ੀ ਲੋਕਰ ਦੇ ਵਿੱਚ ਨੇ, ਪਰ ਜਦੋਂ ਪੁਲਿਸ ਨੇ ਡੀਜ਼ੀ ਲੋਕਰ ਨੂੰ ਚੈੱਕ ਕੀਤਾ ਤਾਂ ਉਸਦੇ ਵਿੱਚ ਵੀ ਕਾਗਜ਼ਾਤ ਨਾ ਹੋਣ ਦੇ ਉੱਤੇ ਕਾਰ ਨੂੰ ਜ਼ਬਤ ਕਰ ਲਿਆ ਗਿਆ। ਹਾਲਾਂਕਿ ਉਸ ਸ਼ਖਸ ਦੇ ਵੱਲੋਂ ਇੱਕ ਵਿਅਕਤੀ ਦੇ ਨਾਲ ਗੱਲ ਵੀ ਕਰਾਈ ਗਈ, ਜਿਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹ ਹਰਿਆਣਾ ਪੁਲਿਸ ਦੇ ਵਿੱਚ ਇੰਸਪੈਕਟਰ ਹੈ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਸ ਗੱਡੀ ਦਾ ਚਲਾਨ ਕੀਤਾ ਅਤੇ ਉਸਨੂੰ ਜ਼ਬਤ ਕਰ ਲਿਆ। ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਹਰਿਆਣਾ ਦੇ ਪੁਲਿਸ ਇੰਸਪੈਕਟਰ ਦੀ ਕਾਰ ਨੂੰ ਜ਼ਬਤ ਕਰ ਲਿਆ ਗਿਆ। ਗੱਡੀ ਦੇ ਪਿੱਛੇ ਆ ਰਿਹਾ ਸੀ, ਇਹ ਗੱਡੀ ਨਿਕਲੀ ਹੈ ਪੈਵਿਲੀਅਨ ਚੋਂ ਬਾਹਰ ਮਾਲ ਦੇ ਵਿੱਚੋਂ, ਨਾਲ ਇਹਨਾਂ ਦੇ ਫੈਮਿਲੀ ਸੀ। ਅੱਛਾ ਜੀ। ਉੱਥੇ ਲਾਈਟਸ ਤੇ ਹੋਈਆਂ ਵੀਆਂ ਸੀ। ਅੱਛਾ। ਇਹਨਾਂ ਨੇ ਭਾਈ ਸਾਹਿਬ ਨੇ ਦੋ ਚਾਰ ਹਾਰਨ ਮਾਰੇ। ਅੱਛਾ। ਇਹ ਕਹਿੰਦੇ ਆ, ਇਹਨਾਂ ਦੀ ਕੰਪਲੇਂਟ ਇਹ ਹੈ ਵੀ ਇਹਨਾਂ ਨੇ ਗੱਡੀ ਸਾਈਡ ਤੇ ਨਹੀਂ ਕੀਤੀ। ਅੱਛਾ। ਤੇ ਉਸ ਤੋਂ ਬਾਅਦ ਉਹ ਕਹਿੰਦਾ, ਉਹ ਕਹਿ ਰਹੇ ਆ ਵੀ ਉਹਨਾਂ ਨੇ ਆ ਕੇ ਪਿੱਛੇ ਦੋ ਚਾਰ ਹਾਰਨ ਮਾਰੇ। ਅੱਛਾ। ਬਸ ਇੰਨੀ ਕੁ ਗੱਲ ਹੈ ਜੀ, ਹੋਰ ਕੁਛ ਵੀ ਨਹੀਂ। ਮੈਂ ਇਹਨਾਂ ਦੇ ਨਾਲ ਪਿੱਛੇ ਪਿੱਛੇ ਦੋ ਤਿੰਨ ਜਗ੍ਹਾ ਤੇ ਇਹਨਾਂ ਦੀ ਬਹਿਸ ਹੋਈ, ਰਾਸਤੇ 'ਚ ਇਹਨਾਂ ਨੇ ਗੱਡੀ ਰੋਕੀ। ਮੈਂ ਪਿੱਛੇ ਟਰੈਫਿਕ, ਤੁਸੀਂ ਰੁਕੇ ਹੋਏ ਹੋ ਸਰ, ਕਾਰਨ ਕੀ ਹੈ? ਮੈਂ ਵੈਸੇ ਰੁਕ ਗਿਆ ਜੀ, ਵੈਸੇ ਰੁਕੇ ਹੋਏ, ਹੋਰ ਬੰਦੇ ਵੀ ਰੁਕੇ ਹੋਏ ਆ ਨਾਲ ਜੀ, ਉਹ 'ਚ ਕੀ ਗੱਲ? ਹਾਂਜੀ, ਨਹੀਂ ਨਹੀਂ ਤੁਸੀਂ ਸਰ ਗੱਲਬਾਤ ਵੀ ਕਰਦੇ ਪਏ ਸੀ ਨਾ ਪ੍ਰਸ਼ਾਸਨ ਨਾਲ? ਸਿਰਫ ਔਰ ਸਿਰਫ ਵੀ ਚੱਲ ਜੇ ਕੋਈ ਬੰਦਾ ਬੜਾ ਜਾਂ ਛੋਟਾ ਆਪਸ ਦੇ ਵਿੱਚ ਹਰੇਕ ਚੀਜ਼ ਦਾ ਕੋਈ ਹੱਲ ਗੱਲਬਾਤ ਨਾ ਹੁੰਦਾ, ਇੰਨੀ ਗੱਲ ਵਧਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ, ਕਿਉਂਕਿ ਡਰਾਈਵਰ ਦੇ ਨਾਲ ਦਾ ਬੰਦਾ ਸੀ, ਪਰ ਹੁਣ ਤੁਹਾਡੇ ਸਾਹਮਣੇ ਡਰਾਈਵਰ ਵੀ ਆ ਗਿਆ ਤੇ ਅਸੀਂ ਇਹਨੂੰ ਗੱਡੀ ਨੂੰ ਥਾਣੇ ਭੇਜ ਰਹੇ ਹਾਂ ਤੇ ਪੂਰਾ ਮਾਮਲਾ ਬਚਾਂਗੇ। ਜਿਹੜੀ ਸਟicker ਦੀ ਕਾਰਵਾਈ ਉਹ ਹੋਊਗੀ, ਅਗਰ ਉਸ ਤੋਂ ਇਲਾਵਾ ਇਹਨਾਂ ਦੀ ਕੋਈ ਆਪਸੀ ਕਿਸੇ ਨਾਲ ਮਿਸਬੇ ਹੋਇਆ, ਲੜਾਈ ਝਗੜਾਇਆ, ਉਹ ਵੀ ਵੇਖਿਆ ਜਾਵੇ। ਸਰ ਇੱਕ ਚੀਜ਼ ਹੋਰ ਮੈਂ ਪੁੱਛਣਾ ਚਾਹੁੰਦਾ ਸਰ, ਗੱਡੀ ਦੇ ਵਿੱਚ ਨਾ ਸਰ ਇਹ ਟੋਪੀ ਰੱਖੀ ਗਈ ਸੀ ਸਰ, ਇੱਕ ਸਰਕਾਰੀ ਮੁਲਾਜ਼ਮ। ਦੇਖੋ ਮੇਰੀ ਗੱਲ ਸੁਣੋ, ਜਦੋਂ ਮੈਂ ਤੁਹਾਡੇ ਸਾਹਮਣੇ ਆਇਆ ਉਦੋਂ ਕੁਛ ਨਹੀਂ ਸੀ, ਜੇ ਟੋਪੀ ਕਿੱਥੇ ਰੱਖੀ ਸੀ, ਕਿਉਂ ਰੱਖੀ ਸੀ, ਉਹ ਵੈਰੀਫਾਈ ਥਾਣੇ ਜਾ ਕੇ ਹੋ ਜੂ। ਜੀ ਸਰ, ਥੈਂਕ ਯੂ ਸਰ। ਨਾ ਇੱਕ ਐਵੀਡੈਂਸ ਮੌਕੇ ਤੇ ਸਾਰੀ ਮੀਡੀਆ ਕੋਲ ਮੌਜੂਦ ਹੈ, ਵਿੱਚ ਬਕਾਇਦਾ ਪੁਲਿਸ ਸਟicker ਤੋਂ ਬਾਅਦ ਪੁਲਿਸ ਦੀ ਕੈਪ ਵੀ ਪਈ ਹੈ ਸਰ। ਇਹ ਤਾਂ ਥਾਣੇ ਜਾਣ ਤੋਂ ਬਾਅਦ ਹੁਣ ਅਸੀਂ ਜਿਹੜੇ ਡਿਊਟੀ ਅਫਸਰ ਉਹ ਵੈਰੀਫਾਈ ਕਰਨਗੇ ਗੱਡੀ ਕਿਹਦੀ ਹੈ, ਯੂਨੀਫਾਰਮ ਕਿਹਦੀ ਹੈ। ਅਗਰ ਉਹ ਅਧਿਕਾਰਤ ਹੋਇਆ ਤਾਂ ਉਹਦੇ ਘਰ ਦਾ ਸਟicker ਹੈ, ਉਹ ਅਧਿਕਾਰਤ ਤਰੀਕੇ ਨਾਲ ਲੱਗਿਆ ਹੋਇਆ, ਉਹਨੇ ਕੋਈ ਡਾਕੂਮੈਂਟ ਪੇਸ਼ ਨਹੀਂ ਕੀਤਾ। ਪਹਿਲੇ ਸਾਨੂੰ ਇਹ ਸੀਗਾ ਕਿ ਡਰਾਈਵਰ ਮੌਕੇ ਤੇ ਨਹੀਂ ਆਇਆ, ਅਸੀਂ ਰਿਕਵਰੀ ਦੀ ਮੰਗ ਕਰ ਰਹੇ ਸੀ ਕਿਉਂਕਿ ਡਰਾਈਵਰ ਦੇ ਨਾਲ ਦਾ ਬੰਦਾ ਸੀ, ਪਰ ਹੁਣ ਤੁਹਾਡੇ ਸਾਹਮਣੇ ਡਰਾਈਵਰ ਵੀ ਆ ਗਿਆ ਤੇ ਅਸੀਂ ਇਹਨੂੰ ਗੱਡੀ ਨੂੰ ਥਾਣੇ ਭੇਜ ਰਹੇ ਹਾਂ ਤੇ ਪੂਰਾ ਮਾਮਲਾ ਬਚਾਂਗੇ। ਜਿਹੜੀ ਸਟicker ਦੀ ਕਾਰਵਾਈ ਉਹ ਹੋਊਗੀ, ਅਗਰ ਉਸ ਤੋਂ ਇਲਾਵਾ ਇਹਨਾਂ ਦੀ ਕੋਈ ਆਪਸੀ ਕਿਸੇ ਨਾਲ ਮਿਸਬੇਹ ਹੋਇਆ, ਲੜਾਈ ਝਗੜਾਇਆ, ਉਹ ਵੀ ਵੇਖਿਆ ਜਾਵੇ। ਸਰ ਇੱਕ ਚੀਜ਼ ਹੋਰ ਮੈਂ ਪੁੱਛਣਾ ਚਾਹੁੰਦਾ ਸਰ, ਗੱਡੀ ਦੇ ਵਿੱਚ ਨਾ ਸਰ ਇਹ ਟੋਪੀ ਰੱਖੀ ਗਈ ਸੀ ਸਰ, ਇੱਕ ਸਰਕਾਰੀ ਮੁਲਾਜ਼ਮ। ਦੇਖੋ ਮੇਰੀ ਗੱਲ ਸੁਣੋ, ਜਦੋਂ ਮੈਂ ਤੁਹਾਡੇ ਸਾਹਮਣੇ ਆਇਆ ਉਦੋਂ ਕੁਛ ਨਹੀਂ ਸੀ, ਜੇ ਟੋਪੀ ਕਿੱਥੇ ਰੱਖੀ ਸੀ, ਕਿਉਂ ਰੱਖੀ ਸੀ, ਉਹ ਵੈਰੀਫਾਈ ਥਾਣੇ ਜਾ ਕੇ ਹੋ ਜੂ। ਜੀ ਬਿਲਕੁਲ। ਜੀ ਸਰ।